ਫਿਰ ਅੱਜ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਇਹੋ ਜਿਹਾ ਕੂੜ ਪ੍ਰਚਾਰ ਕਰਨ ਵਾਲੇ ਆ ਸਾਡੀਆਂ ਸਟੇਜਾਂ ਤੇ ਆ ਕੇ ਤੁਹਾਨੂੰ ਮੱਤਾਂ ਦੇ ਕੇ ਜਾਂਦੇ ਆ, ਉਦੋਂ ਕਹਿੰਦੇ ਕਹਾਉਂਦੇ ਹਨ ਕਿ ਕਿੱਥੇ ਗਏ ਹੁੰਦੇ ਆ, ਉਦੋਂ ਸਾਡੀਆਂ ਜ਼ਮੀਰਾਂ ਕਿੱਥੇ ਮਰ ਜਾਂਦੀਆਂ, ਬਾਹ ਫੜ ਕੇ ਸਟੇਜ ਤੋਂ ਥੱਲੇ ਕਿਉਂ ਨਹੀਂ ਲਾਹ ਦਿੰਦੇ। ਅੱਜ ਵੀ ਆਪਾਂ ਵੇਖੀਦਾ ਗੁਰੂ ਘਰਾਂ ਦੇ ਵਿੱਚ ਬਹੁਤੇ ਹੁੰਦੇ ਨੇ ਲੰਗਰਾਂ ਦਾ ਸਵਾਦ ਲੈਣ ਵਾਲੇ, ਹੁਣ ਵੇਖਿਓ ਥੱਲੇ ਕਿੰਨਾ ਇਕੱਠਿਆ। ਰੋਡ ਤੇ ਜਾਣੀ ਹੋ ਤੁਹਾਨੂੰ ਟ੍ਰੈਫਿਕ ਮਿਲੂਗੀ, ਇੰਨੀ ਸੰਗਤ ਇੱਥੇ ਮੌਜੂਦ ਆ, ਪਰ ਗੁਰੂ ਦੀ ਹਜ਼ੂਰੀ 'ਚ ਨਹੀਂ ਇਕੱਲੀ ਲੰਗਰਾਂ ਦੇ ਵਿੱਚ। ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਗੁਰੂ ਘਰ ਇਕੱਲੇ ਲੰਗਰਾਂ ਤੱਕ ਸੀਮਤ ਰੱਖ ਲੈ ਆ ਇਤਿਹਾਸ, ਇਹਦੇ ਤੋਂ ਤਾਂ ਅੱਜ ਅਸੀਂ ਇੰਨੇ ਦੂਰ ਹੋ ਗਏ। ਪੌਦੇ ਚਿੱਟਿਆਂ ਦਾੜਿਆਂ ਵਾਲਿਆਂ ਨੂੰ ਅਜੇ ਤੱਕ ਦਸਾਂ ਗੁਰੂਆਂ ਦੇ ਨਾਮ ਯਾਦ ਨਹੀਂ, ਤੇ ਪੁੱਤ ਪੋਤੀਆਂ ਨੂੰ ਸਵਾਹ ਹੋਣਗੇ। ਮੈਂ ਵੇਖਿਆ ਪੱਤਰਕਾਰ ਵੀਰ ਇੰਟਰਵਿਊ ਲੈਂਦੇ ਆ, ਆ ਸਿਆਣੇ ਇੱਕ ਗੱਲ ਕਿਹਾ ਕਰਦੇ ਆ, ਕਹਿੰਦੇ ਜੇ ਝੱਗਾ ਚੱਗੀਏ ਤੇ ਢਿੱਡ ਆਪਣਾ ਨੰਗਾ ਹੁੰਦਾ। ਉਹਨਾਂ ਨੇ ਵੀ ਪੱਗਾਂ ਬੰਨੀਆਂ ਹੁੰਦੀਆਂ ਤੇ ਸਰਦਾਰਾਂ ਦੇ ਮੁੰਡਿਆਂ ਦੇ ਮੂਹਰੇ ਕੈਮਰੇ ਕਰ ਦਿੰਦੇ ਨੇ, ਮਾਈਕ ਕਰ ਦਿੰਦੇ ਆ। ਹਾਲੇ ਪਤਾ ਉਹਨਾਂ ਨੂੰ ਵੀ ਆ ਕਿ ਮੇਰੀ ਕੰਮ ਦੀ ਨਲਾਇਕੀ ਸਭ ਤੋਂ ਵੱਡੀ ਇਹ ਆ ਕਿ ਅਸੀਂ ਆਪਣੇ ਵੱਡ ਵਡੇਰਿਆਂ ਨੂੰ ਯਾਦ ਹੀ ਨਹੀਂ ਕਰਦੇ। ਬਾਈ ਧਾਰੀਆਂ ਦੀ ਚਾਲ ਹੈ ਕਿ ਇੱਕ ਹਾਥੀ ਜਿਹਨੂੰ ਮੱਟਾਂ ਦੇ ਮੱਠ ਸ਼ਰਾਬ ਪਿਆਈ ਜਾਏ। ਅਨੰਦਪੁਰ ਦੀ ਧਰਤੀ ਤੇ ਚੜ ਕੇ ਆਉਣ ਵਾਲਿਆਂ ਦੇ ਸਤਿਗੁਰੂ ਕਹਿੰਦੇ ਸਿੰਘਾ ਫਿਰ ਘਬਰਾਉਣੇ ਦੀ ਕੀ ਲੋੜ, ਜੇ ਕਾਲ ਪੁਰਖ ਨੂੰ ਭਾਇਆ ਫਤਿਹ, ਕਾਲ ਪੁਰਖ ਵਾਹਿਗੁਰੂ ਨੇ ਖਾਲਸੇ ਨੂੰ ਬਖਸ਼ ਦੇਣੀ ਹੈ। ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੁਣ ਖਾਲਸੇ ਨੇ ਪੁੱਛਿਆ, ਮਹਾਰਾਜ ਫਿਰ ਉਹਦੇ ਨਾਲ ਮੁਕਾਬਲਾ ਕਰਨ ਵਾਸਤੇ ਕਿਹੋ ਜਿਹਾ ਜਰਨੈਲ ਨੂੰ ਭੇਜੋਗੇ? ਕਹਿੰਦੇ ਸਤਿਗੁਰਾਂ ਨੇ ਨਿਗਾਹ ਘੁਮਾਈ, ਸੰਗਤ ਦੇ ਵਿੱਚ ਬੈਠਾ ਸੀ ਦੁਨੀ ਚੰਦ ਮਸੰਦ, ਘੱਟੋ ਘੱਟ ਇਹਦੀ 8-9 ਮਨ ਦੀ ਦੇਹ ਸੀ, ਖਾਣ ਪੀਣ ਦਾ ਤਕੜਾ ਸ਼ੌਕੀਨ ਸੀ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਦੁਨੀ ਚੰਦ ਹਾਥੀ ਦੇ ਨਾਲ ਮੁਕਾਬਲਾ ਕਰੇਗਾ। ਹੁਣ ਸੰਗਤ ਤੇ ਵਾਹ ਵਾਹ ਕੇ ਉੱਠੀ, ਧੰਨ ਹੈ ਭਾਈ ਦੁਨੀ ਚੰਦ ਜਿਹਦੇ ਉੱਪਰ ਸਤਿਗੁਰਾਂ ਦੀ ਕਿਰਪਾ ਹੋਈ। ਪਰ ਦੁਨੀ ਚੰਦ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਆਇਆ ਸਤਿਗੁਰਾਂ ਦੇ ਪਾਸ, ਆਖਣ ਲੱਗਾ ਪਾਤਸ਼ਾਹ ਇੱਕ ਬੰਦਾ ਸ਼ਰਾਬੀ ਹੋ ਜਾਵੇ ਉਹਨੂੰ ਸਾਂਭਣ ਨੂੰ ਤਕੜੇ ਤਕੜੇ ਸਰੀਰਾਂ ਦੇ 4-5 ਬੰਦੇ ਚਾਹੀਦੇ ਆ, ਉਹ ਤੇ ਹੈ ਹਾਥੀ। ਪਾਤਸ਼ਾਹ ਜੇ ਮੇਰੇ ਵਾਰ ਕਰਨ ਤੋਂ ਪਹਿਲਾਂ ਉਹਨੇ ਮੇਰੀ ਛਾਤੀ ਤੇ ਪੈਰ ਧਰ ਦਿੱਤਾ, ਮੇਰਾ ਤੇ ਪੜਿਆ ਜਾਊ ਨਾ ਕੀਰਤਨ ਸੋਲਾ, ਪਾਤਸ਼ਾਹ ਮੈਨੂੰ ਬਖਸ਼ ਦਿਓ। ਸਾਹਿਬ ਜੀ ਕਹਿੰਦੇ ਓ ਦੁਨੀ ਚੰਦਾ, ਤੂੰ ਤੇ ਬੜੀਆਂ ਬੜੀਆਂ ਫੜਾਂ ਮਾਰਦਾ ਸੀ ਪਾਤਸ਼ਾਹ, ਆ ਕਿਤੇ ਬਾਈ ਧਾਰੀਏ ਚੜ ਕੇ ਦਿਆਉਣ, ਇਹਨਾਂ ਦੇ ਹਾਥੀ ਮੈਂ ਸੁੰਡਾਂ ਤੋਂ ਫੜ ਫੜ ਕੇ ਘੁਮਾ ਦੇਣੇ ਨੇ, ਕਿਉਂਕਿ ਖਾਲਸਾ ਜੀ ਇਹ ਬਾਲਟਾ ਦਾਲਦਾ ਤੇ ਸ਼ਾਬਾ ਪ੍ਰਸ਼ਾਦਿਆਂ ਦਾ ਕੱਲਾ ਛਕ ਲੈਂਦਾ ਸੀ। ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇੱਕ ਕੱਲੀ ਤਨ ਦੀ ਖੁਰਾਕ ਹੁੰਦੀ ਹੈ, ਇੱਕ ਮਨ ਦੀ ਖੁਰਾਕ ਹੁੰਦੀ ਹੈ। ਹੁਣ ਜਦੋਂ ਘਬਰਾ ਗਿਆ ਤੇ ਕਹਿੰਦੇ ਮਨ ਨਾਲ ਵਿਚਾਰ ਕਰਦਾ ਹੈ ਕਿ ਜੇ ਹਾਂ ਕਰਾਂਗਾ ਤੇ ਸਾਹਮਣੇ ਮੌਤ ਹੈ, ਜੇ ਨਾ ਕਰਦਾ ਤੇ ਸੰਗਤ ਵਿੱਚ ਸਤਿਕਾਰ ਨਹੀਂ ਰਹਿੰਦਾ। ਪਾਤਸ਼ਾਹ ਜੀ ਨੂੰ ਹੌਲੀ ਜੇ ਕਹਿਣ ਲੱਗਾ ਮਹਾਰਾਜ ਜਾਣਾ ਪਊ। ਸਤਿਗੁਰੂ ਕਹਿੰਦਾ ਦੁਨੀ ਚਾਹੁੰਦਾ ਕਿਉਂ ਨਹੀਂ? ਕਹਿੰਦਾ ਸਤਿਗੁਰੂ ਠੀਕ ਆ, ਜੇ ਮੈਂ ਤੁਰਦਾ ਫਿਰਦਾ ਚੰਗਾ ਨਹੀਂ ਲੱਗਦਾ ਤੇ ਮੈਂ ਜਾਵਾਂਗਾ ਮੈਂ ਦਾਨੇ ਜੰਗ ਅੰਦਰ। ਸਤਿਗੁਰੂ ਕਹਿੰਦੇ ਜਾ ਫਿਰ, ਕਰ ਲੈ ਮੈਂ ਦਾਨੇ ਜੰਗ ਦੇ ਅੰਦਰ ਜਾਣ ਦੀਆਂ ਤਿਆਰੀਆਂ। ਕਹਿੰਦੇ ਇਹ ਆਇਆ, ਇਹਦੇ ਜਿਹੜੇ ਸਾਥੀ ਇਹਦੇ ਨਾਲ ਦੇ ਖਾਣ ਪੀਣ ਦੇ ਸ਼ੌਕੀਨ ਰੱਖਦੇ ਸੀ, ਅੱਜ ਵੀ ਆਪਾਂ ਵੇਖੀਦਾ ਗੁਰੂ ਘਰਾਂ ਦੇ ਵਿੱਚ ਬਹੁਤੇ ਹੁੰਦੇ ਨੇ ਲੰਗਰਾਂ ਦਾ ਸਵਾਦ ਲੈਣ ਵਾਲੇ, ਹੁਣ ਵੇਖਿਓ ਥੱਲੇ ਕਿੰਨਾ ਇਕੱਠਿਆ। ਰੋਡ ਤੇ ਜਾਣੀ ਹੋ ਤੁਹਾਨੂੰ ਟ੍ਰੈਫਿਕ ਮਿਲੂਗੀ, ਇੰਨੀ ਸੰਗਤ ਇੱਥੇ ਮੌਜੂਦ ਆ, ਪਰ ਗੁਰੂ ਦੀ ਹਜ਼ੂਰੀ 'ਚ ਨਹੀਂ ਇਕੱਲੀ ਲੰਗਰਾਂ ਦੇ ਵਿੱਚ। ਅੱਜ ਅਸੀਂ ਲੰਗਰਾਂ ਤੱਕ ਸੀਮਤ ਰਹਿ ਗਏ ਤੇ ਖਾਲਸਾ ਜੀ ਇਹ ਸਿਆਣੇ ਸੱਚ ਕਹਿੰਦੇ ਆ, ਜ਼ਿਆਦਾ ਅੰਨ ਨਾ ਬੰਦੇ ਦੀ ਮੱਤ ਨੂੰ ਮਾਰ ਦਿੰਦਾ।
ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਗੁਰੂ ਘਰ ਕੱਲੇ ਲੰਗਰਾਂ ਤੱਕ ਸੀਮਤ ਰੱਖ ਲਏ। ਆ ਇਤਿਹਾਸ, ਇਹਦੇ ਤੋਂ ਤਾਂ ਅੱਜ ਅਸੀਂ ਇੰਨੇ ਦੂਰ ਹੋ ਗਏ। ਬਹੁਤੇ ਚਿੱਟਿਆਂ ਦਾੜਿਆਂ ਵਾਲਿਆਂ ਨੂੰ ਅਜੇ ਤੱਕ ਦਸਾਂ ਗੁਰੂਆਂ ਦੇ ਨਾਮ ਯਾਦ ਨਹੀਂ, ਤੇ ਪੁੱਤ ਪੋਤੀਆਂ ਨੂੰ ਸਵਾਹ ਹੋਣਗੇ। ਅੱਜ ਬੜੀ ਸ਼ਰਮ ਆਉਂਦੀ ਆ, ਚਾਹੇ ਸਰਹੰਦ ਦੀ ਧਰਤੀ ਤੇ ਜਾਈਏ ਸਭਾ ਦੇ ਅੰਦਰ, ਜਾਂ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਈਏ। ਮੈਂ ਵੇਖਿਆ ਪੱਤਰਕਾਰ ਵੀਰ ਇੰਟਰਵਿਊ ਲੈਂਦੇ ਆ, ਆ ਸਿਆਣੇ ਇੱਕ ਗੱਲ ਕਿਹਾ ਕਰਦੇ ਆ, ਕਹਿੰਦੇ ਜੇ ਝੱਗਾ ਚੱਗੀਏ ਤੇ ਢਿੱਡ ਆਪਣਾ ਨੰਗਾ ਹੁੰਦਾ। ਉਹਨਾਂ ਨੇ ਵੀ ਪੱਗਾਂ ਬੰਨੀਆਂ ਹੁੰਦੀਆਂ ਤੇ ਸਰਦਾਰਾਂ ਦੇ ਮੁੰਡਿਆਂ ਦੇ ਮੂਹਰੇ ਕੈਮਰੇ ਕਰ ਦਿੰਦੇ ਨੇ, ਮਾਈਕ ਕਰ ਦਿੰਦੇ ਆ। ਹਾਲੇ ਪਤਾ ਉਹਨਾਂ ਨੂੰ ਵੀ ਆ ਕਿ ਮੇਰੀ ਕੰਮ ਦੀ ਨਲਾਇਕੀ ਸਭ ਤੋਂ ਵੱਡੀ ਇਹ ਆ ਕਿ ਅਸੀਂ ਆਪਣੇ ਵੱਡ ਵਡੇਰਿਆਂ ਨੂੰ ਯਾਦ ਹੀ ਨਹੀਂ ਕਰਦੇ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਨਹੀਂ। ਇਸ ਕਰਕੇ ਅੱਜ ਵਿਰੋਧੀ ਤਾਕਤਾਂ ਕਦੇ ਸਾਡੇ ਗੁਰੂ ਗ੍ਰੰਥ ਨੂੰ ਟਾਰਗੇਟ ਕਰਦੀਆਂ, ਕਦੇ ਪੰਥ ਨੂੰ, ਤੇ ਹੁਣ ਸਿੱਖ ਇਤਿਹਾਸ ਤੇ ਵੀ ਵਾਰ ਵਾਰ ਉਂਗਲਾਂ ਉੱਠਦੀਆਂ। ਪਰ ਮੇਰੀ ਇੱਕ ਗੱਲ ਯਾਦ ਰੱਖਿਓ, ਜੇ ਸੱਚਮੁੱਚ ਕਹਿੰਦੇ ਹੋ ਨਾ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਾਰਸ ਆ, ਪਰ ਮਹਾਂਪੁਰਖ ਕਹਿੰਦੇ ਸੀ ਹਲਕਿਆ ਕੁੱਤਾ ਤੇ ਦਸਮ ਦਾ ਨਿੰਦਕ ਜਿੱਥੇ ਟੱਕਰ ਜਾਵੇ ਜੂਤ ਲਾ ਲਿਆ ਕਰੋ, ਜਿੰਨੀਆਂ ਪੈਂਦੀਆਂ ਤੇ ਜਿੱਥੇ ਪੈਂਦੀਆਂ ਵੱਜਣ ਦਿਓ। ਆ ਬੜੇ ਨੇ ਖਾਲਸਾ ਜੀ, ਤੁਸੀਂ ਉਹਨਾਂ ਦੇ ਨਾਮ ਚੰਗੀ ਤਰ੍ਹਾਂ ਜਾਣਦੇ ਹੋ ਜਿਹੜੇ ਸ਼੍ਰੇਆਮ ਸਟੇਜ ਤੇ ਬੈਠ ਕੇ ਕਦੇ ਸਰੋਵਰਾਂ ਤੇ ਕਿੰਤੂ, ਕਦੇ ਬੇਰੀਆਂ ਤੇ ਕਿੰਤੂ, ਆ ਕਦੇ ਦਸਮ ਜੀਆਂ ਦੀ ਬਾਣੀ ਦੇ ਉੱਪਰ ਕਿੰਤੂ। ਸਾਡੇ ਗੁਰੂ ਨੇ ਤਾਂ ਕਿਹਾ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਸੰਗ ਕਰੇ ਕਿਰਪਾਨ। ਤੇ ਕਿਹੜੇ ਮੂੰਹ ਨਾਲ ਉਹਨਾਂ ਨੂੰ ਤੁਸੀਂ ਆਪਣੇ ਪਿਓ ਦੀ ਗੋਦ ਵਿੱਚ ਬਿਠਾ ਕੇ ਤੇ ਆਪਣੇ ਪਿਓ ਦੀ ਦਾੜੀ ਪਟਾਈ ਜਾਂਦੇ ਹੋ? ਉਹ ਤੁਹਾਡੇ ਪਿਓ ਦੀ ਗੋਦ ਵਿੱਚ ਆ ਕੇ ਬੈਠ ਕੇ ਪਿਓ ਦੀ ਦਾੜੀ ਪੁੱਟੀ ਜਾਂਦੀ ਆ। ਤੇ ਖਾਲਸਾ ਜੀ ਜਿਹੜਾ ਪਿਓ ਨੂੰ ਕੁਝ ਨਾ ਸਮਝੇ ਉਹਨੂੰ ਕੀ ਕਹਿੰਦੇ ਸੀ ਚੰਗੀ ਤਰ੍ਹਾਂ ਜਾਣਦੇ ਹਾਂ। ਫਿਰ ਅੱਜ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਇਹੋ ਜਿਹਾ ਕੂੜ ਪ੍ਰਚਾਰ ਕਰਨ ਵਾਲੇ ਆ ਸਾਡੀਆਂ ਸਟੇਜਾਂ ਤੇ ਆ ਕੇ ਤੁਹਾਨੂੰ ਮੱਤਾਂ ਦੇ ਕੇ ਜਾਂਦੇ ਆ, ਉਦੋਂ ਕਹਿੰਦੇ ਕਹਾਉਂਦੇ ਹਨ ਕਿ ਕਿੱਥੇ ਗਏ ਹੁੰਦੇ ਆ, ਉਦੋਂ ਸਾਡੀਆਂ ਜ਼ਮੀਰਾਂ ਕਿੱਥੇ ਮਰ ਜਾਂਦੀਆਂ, ਬਾਹ ਫੜ ਕੇ ਸਟੇਜ ਤੋਂ ਥੱਲੇ ਕਿਉਂ ਨਹੀਂ ਲਾਹ ਦਿੰਦੇ? ਅਸੀਂ ਕਿਉਂ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਵਾੜਿਆ ਹੋਇਆ? ਇਹ ਸਾਡੀਆਂ ਖਾਲਸਾ ਦੀ ਅੱਜ ਕਮੀਆਂ ਨੇ। ਪਰ ਹੁਣ ਮੈਂ ਵਿਚਾਰ ਦੇ ਅੰਦਰ ਰਹਾਂ, ਹੁਣ ਜੇ ਸਮੇਂ ਮਹਾਰਾਜ ਪਾਤਸ਼ਾਹ ਜੀਆਂ ਨੇ ਆਖਿਆ ਕਿ ਤਿਆਰੀ ਕਰ ਮੈਦਾਨੇ ਜੰਗ ਅੰਦਰ ਜਾਣ ਦੀ, ਇਹਨੇ ਆਪਣੇ ਨਾਲ ਦੇ ਸਾਰੇ ਇਕੱਠੇ ਕੀਤੇ, ਆਂਦਾ ਸੁਣਿਆ ਜੇ ਅੱਜ ਗੁਰੂ ਮੈਨੂੰ ਕਹਿੰਦਾ ਕਿ ਹਾਥੀ ਨਾਲ ਲੜ ਤੇ ਕੱਲ ਨੂੰ ਤੁਹਾਨੂੰ ਕਵੇਗਾ ਕਿ ਸ਼ੇਰ ਨਾਲ ਲੜੋ ਤੇ ਲੜ ਲੋਗੇ। ਹੁਣ ਨਾਲ ਦੇ ਵੀ ਘਬਰਾ ਗਏ, ਆ ਕਿਸ ਤਰ੍ਹਾਂ ਦੁਨੀ ਚੰਦ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਆਪਣੀ ਅੰਦਰਲੀ ਅੱਗ ਮੂੰਹ ਰਾਹੀਂ ਗਲਾਸ਼ਦਾ, ਆ ਭਾਈ ਇਹਨਾਂ ਸਤਰਾਂ ਨੂੰ ਜਥੇ ਦੇ ਪਾਸੋਂ ਸੁਣਦੇ ਚੱਲੀਏ।
ਜਿਵੇਂ ਗੁਰੂ ਨੇ ਹੁਣ ਬਾਜ ਨਹੀਂ ਹੋਣਾ, ਕਹਿੰਦਾ ਦਸਵੇਂ ਗੁਰੂ ਨੇ ਹੁਣ ਬਾਜ ਨਹੀਂ ਹੋਣਾ, ਹਾਥੀ ਨਾਲ ਲੜਾ ਕੇ ਚੌਦੇ ਮਰਵਾਉਣਾ, ਉਹ ਮਰਵਾਉਣਾ ਹਾਂ ਸੀਨ ਸਾਹਮਣੇ ਦਿਸ ਰਿਹਾ ਹੈ ਕਿਹੜਾ ਇੰਦਾ, ਹਾਥੀ ਨਾਲ ਮੁਕਾਬਲਾ ਕਿਵੇਂ ਕਰ ਲੂ ਬੰਦਾ, ਕਰ ਲੂ ਬੰਦਾ ਸੋਚ ਹੈ ਗੁਰੂ ਦੀ ਚੱਲ ਦਾਨਤ ਚਲਾ, ਨਵੀਂ ਸੋਚ ਹੈ ਗੁਰੂ ਦੀ ਚੱਲ ਦਾਨਤ ਚਲਾ, ਦੱਸੋ ਕਿਹੜਾ ਚੱਲ ਲਊ ਹਾਥੀ ਦੀਆਂ ਚਾਲਾਂ ਉਹਦੀਆਂ ਚਾਲਾਂ, ਕਿਹੜੀ ਗੱਲੋਂ ਪਾਵਣਾ ਗੱਲ ਮੌਤ ਦਾ ਫੰਦਾ, ਹਾਥੀ ਨਾਲ ਮੁਕਾਬਲਾ ਕਿਵੇਂ ਕਰ ਲਊ ਬੰਦਾ, ਕਰ ਲੂ ਬੰਦਾ ਬਦਵੰਤ ਜੀ ਨਾ ਕਰੋ ਕੁਹੇੜੇ, ਲੱਭ
ਸਭਕੇ ਗੁਰੂ ਹੋਰ ਕੋਈ ਬਣ ਜਾਗੇ ਚੇਲੇ ਉਹਦੇ ਚੇਲੇ ਹਾਥੀ ਨਾਲ ਮੁਕਾਬਲਾ ਕਿਵੇਂ ਕਰ ਲਊ ਬੰਦਾ ਕਰ ਲੂ ਬੰਦਾ ਕਰ ਲੂ ਬੰਦਾ ਕਹਿੰਦੇ ਖਾਣ ਪੀਣ ਦਾ ਸੀ ਸ਼ੌਕੀਨ ਐਡਾ ਕਿ ਜੋ ਕੁਝ ਮਿਲਦਾ ਸੋ ਖਾ ਜਾਂਦਾ ਸ਼ਾਮ ਵੇਲੇ ਦੀ ਜਦੋਂ ਸ਼ਰਦਾਈ ਬਣੇ ਇਹ ਮੱਟਾਂ ਦੇ ਮੱਟ ਖਪਾ ਜਾਂਦਾ ਤੇ ਲੰਗਰ ਵੱਲ ਨੂੰ ਜਦੋਂ ਇਹ ਪਾਏ ਚਾਲੇ ਇਹਨੂੰ ਵੇਖ ਕੇ ਲੰਗਰ ਘਬਰਾ ਜਾਂਦਾ ਖਾਣ ਪੀਣ ਦਾ ਬਹੁਤਾ ਸ਼ੌਂਕ ਸੀ ਤੇ ਜਦੋਂ ਤਕੜੇ ਸਰੀਰ ਨੂੰ ਅਜਮਾਉਣ ਦੀ ਵਾਰੀ ਆਈ ਤੇ ਡਰ ਗਿਆ ਕਹਿੰਦਾ ਕੀ ਲੈਣਾ ਗੁਰੂ ਕੋਲ ਰਹਿ ਕੇ ਆਪਣਾ ਤਾਂ ਸ਼ਕਨ ਛਕਾਉਣ ਦਾ ਮਤਲਬ ਸੀ ਆਪਾਂ ਨੂੰ ਬਾਬੇ ਬਥੇਰੇ ਲੱਭ ਲਾਂਗੇ ਕੋਈ ਗੁਰੂ ਤੇ ਬਣ ਜਾਂਗੇ ਉਹਦੇ ਚੇਲੇ ਕਹਿੰਦੇ ਇਹਨਾਂ ਨੇ ਰਾਤ ਨੂੰ ਕਿਲੇ ਦੇ ਪਿਛਲੀ ਕੰਧ ਦੇ ਕੋਲ ਪਹਿਰਾ ਦੇਣ ਦੇ ਬਹਾਨੇ ਇਕੱਠੇ ਹੋਣਾ ਸੀ ਹੁਣ ਸਾਰਾ ਦਿਨ ਇਹਨਾਂ ਨੇ ਪਿਆਰੇ ਖਾਲਸਾ ਜੀ ਚੰਗੇ ਮੋਟੇ ਰੱਸੇ ਦਾ ਪ੍ਰਬੰਧ ਕਰਨ ਵਾਸਤੇ ਲਾ ਦਿੱਤਾ ਕਿਉਂਕਿ ਦੁਨੀ ਚੰਦ ਨੇ ਉਤਰਨਾ ਕੋਈ ਛੋਟੀ ਜਿਹੀ ਗੱਲ ਨਹੀਂ ਕਹਿੰਦੇ ਰਾਤ ਦਾ ਸਮਾਂ ਹੋਇਆ ਇਹਨਾਂ ਨੇ ਸਾਰਾ ਪ੍ਰਬੰਧ ਪਹਿਲਾਂ ਕਰਕੇ ਰੱਖਿਆ ਸੀ ਹੁਣ ਇਹਨਾਂ ਨੇ ਕਿਲੇ ਦੀ ਪਿਛਲੀ ਕੰਧ ਦੇ ਪਾਸੇ ਰੱਸਾ ਸੀ ਜਿਹੜਾ ਥੱਲੇ ਲਮਕਾਉਣਾ ਕੀਤਾ ਦੁਨੀ ਚੰਦ ਦੇ ਸਾਥੀਆਂ ਨੇ ਹੱਲੇ ਦੇ ਨਾਲ ਹੀ ਕੰਧ ਤੋਂ ਥੱਲੇ ਉਤਰਨਾ ਸ਼ੁਰੂ ਕਰ ਦਿੱਤਾ ਹੁਣ ਕੁਝ ਕੁ ਜਦੋਂ ਪਿੱਛੇ ਰਹਿ ਗਏ ਦੁਨੀ ਚੰਦ ਕਹਿੰਦਾ ਬਈ ਹਟ ਜਾਓ ਪਾਸੇ ਹੁਣ ਸਾਰਿਆਂ ਦੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਦੁਨੀ ਚੰਦ ਦਾ ਮਨ ਬਦਲ ਗਿਆ ਇਹ ਗੁਰੂ ਦਾ ਸਾਥ ਛੱਡ ਕੇ ਨਹੀਂ ਜਾਣਾ ਚਾਹੁੰਦਾ ਉਹਨਾਂ ਪੁੱਛਿਆ ਜਨਾਬ ਕੀ ਹੋਇਆ ਨਹੀਂ ਗੁਰੂ ਨੂੰ ਛੱਡਣਾ ਕੀ ਗੱਲ ਗੁਰੂ ਨਾਲ ਇੰਨਾ ਪਿਆਰ ਆ ਗਿਆ ਕਹਿੰਦਾ ਕਮਲਿਓ ਨਹੀਂ ਆ ਤੁਸੀਂ ਅਡੋ ਬੱਚੇ ਪਹਿਲਾਂ ਮੈਂ ਥੱਲੇ ਜਾਣਾ ਹੁਣ ਕਹਿੰਦੇ ਸੱਤਾਂ ਅੱਠਾਂ ਜਾਣਿਆਂ ਨੇ ਇਹਨੂੰ ਚੜਾਇਆ ਕੰਧ ਤੇ ਹੁਣ ਅੱਠ ਨੌ ਮਣ ਦੀ ਦੇ ਹੋਵੇ ਜਾਂ ਮਸ਼ੀਨ ਚੱਕੇ ਤਾਂ ਜਾਂ ਰੱਬ ਚੱਕੇ ਉਹਨਾਂ ਖਿੱਚ ਧੂ ਕੇ ਮਸਾਂ ਚਾੜਿਆ ਕੰਧ ਤੇ ਇਹਨੇ ਫੜਿਆ ਰੱਸੇ ਨੂੰ ਹੱਥ ਤੇ ਪਿਆਰੇ ਖਾਲਸਾ ਜੀ ਅਜੇ ਅੱਧ ਕੁ ਵਿਚਾਲੇ ਪਹੁੰਚਿਆ ਤੇ ਕਹਿੰਦਾ ਰੱਸੇ ਦੀਆਂ ਵੀ ਚੀਕਾਂ ਨਿਕਲ ਗਈਆਂ ਰੱਸਾ ਕੜਕ ਕਰਦਾ ਟੁੱਟਿਆ ਤੇ ਧੜਮ ਕਰਦਾ ਧਰਤੀ ਤੇ ਹੁਣ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਫਿਰ ਵਿਪਤਾ ਪੈ ਗਈ ਕਹਿੰਦੇ ਇਹਨਾਂ ਨੇ ਰਲ ਕੇ ਚੱਕਿਆ ਤੇ ਇਹਦੇ ਪੱਟ ਕੋਲੋਂ ਟੁੱਟ ਗਈ ਲੱਤ ਹੁਣ ਗੱਡੇ ਤੇ ਪਾ ਕੇ ਖਿੱਚ ਤੂ ਕੇ ਘਰ ਲੈ ਕੇ ਗਏ ਤੇ ਘਰ ਵਿੱਚ ਜਾ ਕੇ ਸਵਾਗਤ ਨਹੀਂ ਹੋਇਆ ਲਾਣਤਾਂ ਪਈਆਂ ਓਏ ਆ ਗੁਰੂ ਦਾ ਦਿੱਤਾ ਖਾ ਖਾ ਕੇ ਐਡਾ ਸਰੀਰ ਕੀਤਾ ਤੇ ਅੱਜ ਗੁਰੂ ਨੂੰ ਜਦੋਂ ਤੇਰੀ ਲੋੜ ਪਈ ਤੇ ਗੁਰੂ ਦਾ ਸਾਥ ਛੱਡ ਕੇ ਆ ਗਏ ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਾਲਸਾ ਜੀ ਕਹਿੰਦੇ ਇਹਦੇ ਰਾਤ ਨੂੰ ਲੱਤ ਤੇ ਸੱਪ ਲੜਿਆ ਤੇ ਦੁਨੀ ਚੰਦ ਚੜਾਈ ਕਰ ਗਿਆ ਹੁਣ ਅਗਲੇ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲੇ ਦੇ ਦਰਬਾਰ ਸਜੇ ਨੇ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਅਸੀਂ ਤੇ ਅੱਜ ਸੁੱਖਾਂ ਵੇਲੇ ਵੀ ਨਹੀਂ ਕਰਦੇ ਕਿਉਂਕਿ ਅਸੀਂ ਬੜੇ ਨਸ਼ੁਕਰੇ ਹੋ ਗਏ ਹਾਂ ਸਾਨੂੰ ਗੁਰੂ ਦਾ ਕੋਈ ਭੈ ਹੀ ਨਹੀਂ ਰਿਹਾ ਇੱਕ ਮੇਰਾ ਕਲਗੀਆਂ ਵਾਲਾ ਚਾਹੇ ਅਮਨ ਹੁੰਦਾ ਸੀ ਚਾਹੇ ਹੁੰਦਾ ਸੀ ਜੰਗ ਮੇਰੇ ਪਾਤਸ਼ਾਹ ਜੀਆਂ ਨੇ ਕਦੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਕਹਿੰਦੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਰਾਗੀ ਸਿੰਘ ਪੜ ਰਹੇ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੰਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਭਾਹੇ ਸਾਈ ਕਰ ਕਮਾਵਣੀ ਤੇ ਛੋਟੀ ਤਨੇ ਪਾਏ ਨਾਨਕੇ ਕੀ ਬਾਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿੱਤ ਸਿਰ ਜਾਏ ਸਤ ਹੁਣ ਜਿਹੜੇ ਸਿੰਘਾਂ ਨੇ ਦੁਨੀ ਚੰਦ ਵਾਸਤੇ ਅੱਜ ਰਾਜਮਾ ਪ੍ਰਸ਼ਾਦਾ ਤਿਆਰ ਕੀਤਾ ਕਿ ਮੈਦਾਨੇ ਜੰਗ ਅੰਦਰ ਜਾਣਾ ਉਹਨਾਂ ਸਾਰਿਆਂ ਬੜਾ ਭਾਲਿਆ ਪਰ ਦੁਨੀ ਚੰਦ ਕਿੱਥੇ ਲੱਭੇ ਆ ਕੇ ਮਹਾਰਾਜ ਨੂੰ ਦੱਸਿਆ ਪਾਤਸ਼ਾਹ ਆਪਣਾ ਹਾਥੀ ਤੇ ਕਿਧਰੇ ਨਜ਼ਰ ਹੀ ਨਹੀਂ ਆ ਰਿਹਾ ਪਾਤਸ਼ਾਹ ਕਹਿੰਦੇ ਆਉਣਾ ਵੀ ਨਹੀਂ
ਸਾਰੀ ਸੰਗਤ ਦੇ ਵਿੱਚ ਰਨਾਟਾ ਛਾ ਗਿਆ। ਮਹਾਰਾਜ ਜੀ ਕੀ ਹੋਇਆ? ਸਤਿਗੁਰੂ ਕਹਿਣ ਲੱਗੇ, ਦੁਨੀ ਚੰਦ ਜਿਸ ਮੌਤ ਤੋਂ ਡਰ ਕੇ ਭੱਜਿਆ, ਮੌਤ ਨੇ ਵੀ ਉਹਦਾ ਖਹਿੜਾ ਨਹੀਂ ਛੱਡਿਆ। ਦੁਨੀ ਚੰਦ ਦੇ ਸੱਪ ਲੜਿਆ ਤੇ ਉਹਦੀ ਮੌਤ ਹੋ ਗਈ। ਹੁਣ ਸਾਰੇ ਸੋਚਦੇ ਹੈ ਕਿ ਹੁਣ ਉਹ ਮਸਦੇ ਹੋਏ ਹਾਥੀ ਦੇ ਨਾਲ ਕੌਣ ਮੁਕਾਬਲਾ ਕਰੇਗਾ। ਕਹਿੰਦੇ ਜਿੱਥੇ ਸੰਗਤ ਦੇ ਵਿੱਚ ਸੰਗਤਾਂ ਬੈਠੀਆਂ, ਉੱਥੇ ਉਹ ਵੀ ਸੂਰਬੀਰ ਯੋਧੇ ਬੈਠੇ ਆ, ਜਿਹੜੇ ਤਨ ਕਰਕੇ ਬਲਵਾਨ ਨਹੀਂ ਪਰ ਮਨ ਕਰਕੇ ਬਹੁਤੇ ਆ। ਬਾਬਾ ਬਚਿੱਤਰ ਸਿੰਘ ਸਾਹਿਬ ਜੀਆਂ ਨੂੰ ਅੱਜ ਸਿਰਫ ਅਸੀਂ ਇੱਥੋਂ ਤੱਕ ਜਾਣਦੇ ਹਾਂ ਕਿ ਬਾਬਾ ਜੀਆਂ ਨੇ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰੀ ਤੇ ਹਾਥੀ ਨੂੰ ਕਿਲੇ ਤੋਂ ਦੂਰ ਕੀਤਾ। ਪਰ ਬਾਬਾ ਜੀਆਂ ਦੇ ਜੀਵਨ ਵੱਲ ਝਾਤ ਮਾਰਿਓ, ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਾਂਗਰੀ ਸੀ ਬਾਬਾ ਬਚਿੱਤਰ ਸਿੰਘ। ਜਿੰਨਾ ਚਿਰ ਸਾਰੀ ਸੰਗਤ ਜਲ ਪਾਣੀ ਛਕ ਨਹੀਂ ਸੀ ਲੈਂਦੀ, ਉਹਨਾਂ ਚਿਰ ਤੱਕ ਬਾਬਾ ਬਚਿੱਤਰ ਸਿੰਘ ਮੁੱਖ ਦੇ ਵਿੱਚ ਜਲ ਦਾ ਘੁੱਟ ਨਹੀਂ ਸੀ ਪਾਉਂਦਾ। ਤੇ ਅੱਜ ਤੇ ਅਸੀਂ ਲੰਗਰਾਂ ਨੂੰ ਐਵੇਂ ਹੀ ਸਮਝ ਕੇ ਬਹਿ ਗਏ। ਮੇਰੀਆਂ ਬੀਬੀਆਂ ਭੈਣਾਂ, ਖਾਸ ਕਰਕੇ ਧਿਆਨ ਦਿਓ, ਪਹਿਲਾਂ ਤੇ ਅਸੀਂ ਇੱਥੇ ਲੰਗਰ ਨੂੰ ਮਾਤ ਪਾਈ ਛੱਡਦੇ ਹਾਂ ਜਿੱਥੇ ਲੱਗਾ ਹੁੰਦਾ, ਪਰ ਐਡੇ ਐਡੇ ਡੋਲੂ ਤੇ ਐਡੇ ਐਡੇ ਲਿਫਾਫੇ ਘਰੋਂ ਚੱਕੇ ਹੁੰਦੇ ਕਿ ਜਿੰਨਾ ਹੁਣ ਬਚਿਆ ਸਾਰਾ ਘਰਾਂ ਨੂੰ ਪਾ ਕੇ ਲਿਜਾਣਾ। ਇਹ ਬੜਿਆਂ ਨੂੰ ਗੁੱਸਾ ਜ਼ਰੂਰ ਲੱਗੂ, ਪਰ ਕਦੇ ਪੜ੍ਹ ਕੇ ਵੇਖਿਓ ਭਾਈ ਮੰਝ ਵਰਗੇ ਪਿਆਰਿਆਂ ਦਾ ਇਤਿਹਾਸ। ਇਹ ਗੁਰੂ ਘਰ ਆ ਕੇ ਪਹਿਲਾਂ ਸੇਵਾ ਕਰਨੀ ਪੈਂਦੀ ਹੈ, ਫਿਰ ਅਸੀਂ ਛਕਣ ਦੇ ਹੱਕਦਾਰ ਹਾਂ, ਸੇਵਾਦਾਰ ਨੇ ਜਿਹੜੇ। ਬੇਨਤੀ ਸੁਣਿਓ, ਮੈਂ ਜ਼ਿਕਰ ਕਰ ਹੀ ਦਵਾਂ, ਭਾਈ ਮੰਝ ਪਹਿਲਾਂ ਸਖੀ ਸਰਵਰ ਦਾ ਪਾਸ਼ਕ ਸੀ। ਤੇ ਫਿਰ ਜਦੋਂ ਗੁਰੂ ਅਰਜਨ ਦੇਵ ਜੀਆਂ ਕੋਲੋਂ ਸਿੱਖੀ ਮੰਗੀ, ਮਹਾਰਾਜ ਕਹਿੰਦੇ ਪਰ ਇੱਕ ਮਿਆਂ ਚ ਦੋ ਤਲਵਾਰਾਂ ਤੇ ਨਹੀਂ ਠਹਿਰਨੀਆਂ, ਜਾਂ ਸਖੀ ਸਰਵਰ ਤੇ ਜਾ ਫਿਰ ਗੁਰੂ ਨਾਨਕ ਸਾਹਿਬ ਨੂੰ ਚੁਣਨਾ। ਇਹਨੇ ਸਿੱਖੀ ਨੂੰ ਪਿਆਰੇ ਖਾਲਸਾ ਜੀ ਚੁਣਿਆ। ਸਾਖੀ ਬਹੁਤ ਲੰਬੀ ਆ, ਪਰ ਮੈਂ ਟੁੱਕ ਮੰਤਰ ਪੇਸ਼ ਕਰਨ ਲੱਗੀ ਆ। ਉਹਦਾ ਕਾਰਨ ਕੀ ਆ ਕਿ ਸਮਾਂ ਬਹੁਤ ਸੀਮਤ ਜਿਹਾ। ਹੁਣ ਸੁਣਿਓ ਬਈ, ਆ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਸੇਵਾ ਮਿਲ ਗਈ ਕਿ ਲੰਗਰਾਂ ਵਾਸਤੇ ਸੁੱਕੀਆਂ ਲੱਕੜਾਂ ਬਾਲਣ ਲਈ ਲੈ ਕੇ ਆਉਣੀਆਂ ਇੱਕ ਦਿਨ ਪਾਤਸ਼ਾਹ ਨੇ ਪੁੱਛ ਲਿਆ, ਭਾਈ ਮੰਝ ਸੇਵਾ ਤੇ ਬੜੀ ਕਰਦਾ, ਲੰਗਰ ਕਿੱਥੋਂ ਛਕਦਾ ਮਹਾਰਾਜ ਤੇਰੇ ਲੰਗਰਾਂ ਚੋਂ? ਸਤਿਗੁਰੂ ਕਹਿੰਦੇ ਲੰਗਰ ਛਕਣ ਵਾਸਤੇ ਆਇਆ ਜਾਂ ਸੇਵਾ ਕਰਨ ਵਾਸਤੇ ਆਇਆ? ਸਤ ਬਚਨ ਕਹਿ ਦਿੱਤਾ, ਨਹੀਂ ਮਹਾਰਾਜ ਅੱਗੇ ਤੋਂ ਨਹੀਂ ਛਕਦਾ। ਹੋਰ ਥੋੜੇ ਦਿਨ ਪਵੇ, ਪਾਤਸ਼ਾਹ ਨੇ ਫਿਰ ਆ ਕੇ ਪੁੱਛਿਆ, ਭਾਈ ਮੰਝ ਹੁਣ ਕਿੱਥੋਂ ਪ੍ਰਸ਼ਾਦਾ ਛਕਦਾ? ਮਹਾਰਾਜ ਜਿਹੜਾ ਤੇਰੀਆਂ ਸੰਗਤਾਂ ਦਾ ਝੂਠ ਹੁੰਦੀ ਆ ਉਹ ਮੈਂ ਛਕ ਲੈਂਦਾ। ਸਤਿਗੁਰੂ ਕਹਿਣ ਲੱਗੇ, ਭਾਈ ਮੰਝ ਤੂੰ ਤੇ ਕਿੰਨੇ ਜੀਵਾਂ ਦਾ ਭੋਜਨ ਕੱਲਾ ਹੀ ਛਕੀ ਜਾਂਦਾ। ਕਹਿੰਦੇ ਉੱਥੇ ਵੀ ਸਤ ਬਚਨ ਕਹਿ ਦਿੱਤਾ, ਨਹੀਂ ਪਾਤਸ਼ਾਹ ਹੁਣ ਨਹੀਂ ਛਕਦਾ। ਫਿਰ ਕੀ ਕਰਨਾ? ਦੋ ਬਾਲਣ ਦੀਆਂ ਪੰਡਾਂ ਇਕੱਠੀਆਂ ਕਰਨੀਆਂ, ਇੱਕ ਬਾਜ਼ਾਰ ਵਿੱਚ ਵੇਚਣੀਆਂ, ਜਿਹੜੀ ਮਾਇਆ ਹੋਣੀ ਉਹਦਾ ਜਲ ਪਾਣੀ ਛਕਣਾ, ਤੇ ਬਾਕੀ ਗੁਰੂ ਨਾਨਕ ਦੇ, ਗੁਰੂ ਰਾਮਦਾਸ ਦੇ ਲੰਗਰਾਂ ਦੀਆਂ ਜਿਹੜੀਆਂ ਖਾਲਸਾ ਜੀ ਉੱਥੇ ਬਾਲਣ ਦੀਆਂ ਪੰਡਾਂ ਤਿਆਰ ਹੁੰਦੀਆਂ ਉਹਦੇ ਵਿੱਚ ਆ ਕੇ ਪਾ ਦੇਣਾ ਸੇਵਾ ਦੇ ਵਿੱਚ। ਇੱਕ ਦਿਨ ਗਏ, ਝੱਖੜ ਹਨੇਰੀ ਬਹੁਤ ਵਗਿਆ ਤੇ ਖੂਹ ਦੇ ਵਿੱਚ ਠੇਡਾ ਲੱਗਣ ਕਰਕੇ ਭਾਈ ਮੰਝ ਡਿੱਗ ਪਿਆ। ਸਿੱਖਾਂ ਨੇ ਜਾ ਕੇ ਬੇਨਤੀ ਕੀਤੀ ਸਾਹਿਬਾਂ ਨੂੰ, ਮਹਾਰਾਜ ਆਪ ਨੰਗੇ ਪੈਰੀ ਲੈਣ ਵਾਸਤੇ ਆਏ। ਕਹਿੰਦੇ ਬਾਲਣ ਦੀ ਜਿਹੜੀ ਪੰਡ ਸੀ ਉਹ ਨਹੀਂ ਭੇਜਣ ਦਿੱਤੀ। ਆਖਿਆ, ਪਾਤਸ਼ਾਹ ਪਹਿਲਾਂ ਇਹ ਪੰਡ ਬਾਹਰ ਕੱਢੋ ਤਾਂ ਜੋ ਜਿਹੜਾ ਲੰਗਰ ਪ੍ਰਸ਼ਾਦਾ ਤਿਆਰ ਹੋਣਾ ਉਹਦੇ ਵਿੱਚ ਦੇਰੀ ਨਾ ਆ ਜਾਵੇ, ਫਿਰ ਮੈਂ ਬਾਹਰ ਆਵਾਂਗਾ। ਜਦੋਂ ਬਾਹਰ ਆਏ, ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾਇਆ। ਆਖਿਆ, ਭਾਈ ਮੰਝ ਮੰਗ ਕੀ ਮੰਗਦਾ? ਆਖਿਆ, ਸਤਿਗੁਰੂ ਜਿੰਦੀ ਪਰਖ ਮੇਰੀ ਲਈ ਹੈ ਨਾ ਕਿਸੇ ਹੋਰ ਸਿੱਖ ਦੀ ਨਾ ਲਿਓ। ਉਦੋਂ ਭਾਈ ਮੰਝ ਨੇ ਕੀ ਮੰਗਿਆ? ਪਾਤਸ਼ਾਹ ਆਪਣੇ ਘਰ ਦੇ ਸੇਵਾਦਾਰਾਂ ਨੂੰ ਦੋ ਪ੍ਰਸ਼ਾਦੇ ਤੇ ਬਾਟਾ ਦਾਲ ਦਾ ਆਪਣੇ ਲੰਗਰਾਂ ਚੋਂ ਮੁਫਤ ਕਰ ਦੇ। ਤੇ ਅੱਜ ਅਸੀਂ ਕੀ ਕਰਦੇ ਹਾਂ? ਲੰਗਰ ਵੇਖ ਕੇ ਤਾਂ ਸਾਨੂੰ ਇੰਨੀ ਤੋੜ ਲੱਗਦੀ ਕਿ ਮੁੜ ਕੇ ਸਾਨੂੰ ਖਾਣ ਨੂੰ ਕੁਝ ਨਹੀਂ ਮਿਲਣਾ। ਇਹ ਸਾਡੇ ਹਾਲ ਅੱਜ ਹੋ ਚੁੱਕੇ ਆ।
ਉਸ ਸਮੇਂ ਮਹਾਰਾਜ ਨੇ ਫਿਰ ਬਚਨ ਕੀ ਕੀਤਾ ਸੀ, ਵਰ ਕਿੱਡਾ ਦਿੱਤਾ ਸੀ, ਮੰਡ ਪਿਆਰਾ ਗੁਰ ਕੋ ਗੁਰ ਮੰਡ ਪਿਆਰਾ ਮੰਡ ਗੁਰੂ ਕਾ ਬੋਹਿਤਾ ਪਵਲੰਗਣ। ਐਸੀਆਂ ਬਖਸ਼ਿਸ਼ਾਂ ਦਾ ਮੇਰਾ ਮਾਲਕ ਹੈ ਸਤਿਗੁਰੂ। ਵੇਖਿਓ ਕਿਤੇ ਸਾਡਾ ਵੀ ਦੁਨੀ ਚੰਦ ਵਾਲਾ ਹਾਲ ਨਾ ਹੋਵੇ ਕਿ ਸਾਡੀ ਵੀ ਬੁੱਧੀ ਜਿਹੜੀ ਆ ਭ੍ਰਿਸ਼ਟ ਹੋ ਜਾਵੇ। ਹੁਣ ਬਈ ਕਹਿੰਦਾ ਸੰਗਤ ਦੇ ਵਿੱਚ ਬੈਠਾ ਬਾਬਾ ਬਚਿੱਤਰ ਸਿੰਘ ਜਿਹੜਾ ਰੋਜ਼ ਬੇਅੰਤ ਬਾਣੀਆਂ ਦੇ ਜਾਪ ਕਰਦਾ, ਨਿਤਨੇਮ ਤੋਂ ਬਾਰੇ 25 ਜਪਜੀ ਸਾਹਿਬ ਦਾ ਜਾਪ ਕਰਨ ਵਾਲਾ ਬਾਬਾ ਬਚਿੱਤਰ ਸਿੰਘ ਅੱਜ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ, ਉਹ ਪਾਚਾ ਮਰਿਆ ਸਤਿਗੁਰਾ ਮੈਂ ਤਕੜਾ ਨਹੀਂ ਪਰ ਮੇਰਾ ਗੁਰੂ ਬੜਾ ਤਕੜਾ, ਮੇਰਾ ਗੁਰੂ ਬੜਾ ਡਾਢਾ ਹੈ, ਮੇਰਾ ਗੁਰੂ ਭਾਰੀ ਹੈ ਪਾਛਾ। ਅੱਜ ਕਿਤੇ ਇੱਕ ਵਾਰ ਬਚਿੱਤਰ ਸਿੰਘ ਦਾ ਨਾਮ ਲੈ ਲਵੇ। ਕਹਿੰਦੇ ਅਜੇ ਮਨ ਦੇ ਵਿੱਚ ਯਾਦ ਹੀ ਕਰ ਰਿਹਾ ਸੀ, ਪਾਤਸ਼ਾਹ ਜੀ ਨੇ ਆਖਿਆ ਸੰਗਤ ਜੀ ਘਬਰਾਓ ਨਾ, ਹੁਣ ਹਾਥੀ ਨਾਲ ਹਾਥੀ ਨਹੀਂ ਮੇਰਾ ਬੱਬਰ ਸ਼ੇਰ ਬਚਿੱਤਰ ਸਿੰਘ ਮੁਕਾਬਲਾ ਕਰੇਗਾ। ਆਂਦੇ ਸੁਣ ਕੇ ਨਾਮ ਸੂਰਾ ਛਾਲ ਮਾਰ ਕੇ ਉੱਠਿਆ, ਆ ਕੇ ਸਿਰ ਸਤਿਗੁਰਾਂ ਦੇ ਚਰਨਾਂ ਤੇ ਰੱਖ ਕੇ ਪਾ ਕੇ ਗਲ ਵਿੱਚ ਪੱਲਾ, ਅੱਜ ਮੈਦਾਨੇ ਜੰਗ ਅੰਦਰ ਜਾਣ ਵਾਸਤੇ ਮੰਗ ਹੈ ਇਉਂ ਕਰ ਰਿਹਾ। ਹਾਥੀ ਜੋੜ ਕੇ ਬਚਿੱਤਰ ਸਿੰਘੀ ਆਖਦਾ, ਹਾਥੀ ਜੋੜ ਕੇ ਬਚਿੱਤਰ ਸਿੰਘੀ ਆਖਦਾ, ਸੀਸ ਚਰਨਾਂ ਚ ਗੁਰਾਂ ਦੇ ਚੁਕਾ, ਦਸ ਜਾਵਦਾ ਆਸ਼ੀਰਵਾਦ ਆਪਦਾ। ਹੋਰ ਕਿਸੇ ਨਹੀਂ ਕੋਈ ਪਰਵਾਹ, ਜੇ ਤੂੰ ਚਾਵੇ ਦਿਨ ਦੁਨੀਆ ਦੇ ਮਾਲਕਾ। ਜੇ ਤੂੰ ਚਾਵੇ ਦਿਨ ਦੁਨੀਆ ਦੇ ਮਾਲਕਾ, ਦੇਵੇ ਪਿੰਗਲੇ ਨੂੰ ਪਰਬਤ ਚੜਾ, ਕੱਖੋ ਲੱਖ ਤੂੰ ਬਣਾਏ ਵੇ ਚੱਪਲਾਂ ਦੇ। ਕਰੇ ਕਿਤੜੇ ਮੁਕਾਬਲਾ ਸ਼ੇਰ ਦਾ,
ਜੋਸ਼ ਆਪਣੇ ਦਵਾਰੇ ਓ ਪਾ ਹੱਥ ਮੇਰ ਵਾਲਾ ਜਿਹਦੇ ਸਿਰ ਦਰਦ ਵੇ ਜਨਮ ਲਿਆ ਉਹਨਾਂ ਕੀ ਡਰਨਾ ਤਲਵਾਰਾਂ ਤੋਂ ਇਹ ਰਣ ਜਿੱਤਣ ਦੇ ਆਦੀ ਨੇ ਘਬਰਾਉਂਦੇ ਨਹੀਂ ਹਾਰਾ ਤੋਂ ਲੋੜ ਪੈਣ ਤੇ ਚੁੱਕ ਲੈਂਦੇ ਕੋਈ ਪਰੇਡ ਨਹੀਂ ਹਥਿਆਰਾਂ ਤੋਂ ਇਹ ਦੁਨੀਆ ਮਰਨੋਂ ਡਰਦੀ ਤੇ ਡਰੇ ਮੌਤ ਸਿੰਘਾਂ ਸਰਦਾਰਾਂ ਤੋਂ ਆਖਿਆ ਪਾਛਾ ਕਰੋ ਕਿਰਪਾ ਆ ਤੁਹਾਡਾ ਕੰਨ ਤੇ ਥਾਪੜਾ ਹੋਵੇ ਹਾਥੀ ਇੱਕ ਕੀ ਭਾਵੇਂ ਸੌ ਆ ਜਾਵੇ ਸਾਹਿਬਾ ਮੈਂ ਉਹਦੇ ਨਾਲ ਵੀ ਮੁਕਾਬਲਾ ਕਰ ਲਵਾਂਗਾ ਤੇ ਖਾਲਸਾ ਜੀ ਅੱਜ ਜੇ ਅਸੀਂ ਸ਼ਸਤਰ ਲਿਆਉਣਾ ਹੋਵੇ ਕੋਈ ਭਾਵੇਂ ਤੇਗ ਹੀ ਲਿਆਉਣੀ ਹੋਵੇ ਬੰਦੂਕਾਂ ਤੋਂ ਤੇ ਅੱਜ ਅਸੀਂ ਡਰਨ ਲੱਗ ਪਏ ਤੀਰਾਂ ਤਲਵਾਰਾਂ ਦੀ ਛਾਂ ਹੇਠ ਜਿਨ੍ਹਾਂ ਦੀਆਂ ਵੱਡ ਵਡੇਰਿਆਂ ਨੇ ਜਿਨ੍ਹਾਂ ਦੀਆਂ ਮਾਵਾਂ ਨੇ ਆਨੰਦ ਮਾਣਿਆ ਹੋਵੇ ਤੇ ਅੱਜ ਉਹਨਾਂ ਦੇ ਬੱਚੇ ਹੱਥ ਦੇ ਵਿੱਚ ਜੇ ਕਰਦ ਵੀ ਫੜਨੀ ਹੋਵੇ ਤਾਂ ਵੀ ਡਰਦੇ ਆ ਇਹ ਅੱਜ ਦੇ ਸਾਡੇ ਹਾਲਾਤ ਆ ਪਰ ਗੌਰ ਨਾਲ ਸੁਣਿਓ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਇਹਨਾਂ ਸ਼ਸਤਰਾਂ ਨੂੰ ਇੰਨਾ ਪਿਆਰ ਕਰਦੇ ਸੀ ਨਾ ਅੱਜ ਜੇ ਅਸੀਂ ਇੱਕ ਤੇਗ ਲੈਣੀ ਹੋਵੇ ਅਸੀਂ ਸੋਚਾਂਗੇ ਕੀ ਕਰਨੀ ਹੈ ਬਸ ਵਿਖਾਵਾ ਹੀ ਕਰਨਾ ਲੈ ਲਵੋ ਜਿਹੜੀ 100-200 ਦੀ ਆਉਂਦੀ ਆ ਵਿਨੇ ਅਸੀਂ ਖਿਡੌਣਿਆਂ ਵਾਲੀਆਂ ਹੀ ਆਉਣ ਲੱਗ ਗਈਆਂ ਅੱਜ ਕੱਲ੍ਹ ਤੇ ਜਾਂ ਬਹੁਤੀ ਤੇ ਗੱਲ ਹੋਵੇ ਤੇ ਅਸੀਂ 1500-2000 ਵੀ ਖਰਚ ਲੈਂਦੇ ਹਾਂ ਪਰ ਗੌਰ ਨਾਲ ਸੁਣਿਓ
ਮੇਰੇ ਸਤਿਗੁਰੂ ਜੀ ਇੰਨੇ ਸ਼ੌਕੀਨ ਸੀ, ਇੱਥੇ ਮੈਨੂੰ ਕਵੀ ਦੀਆਂ ਸਤਨਾਂ ਯਾਦ ਆ ਜਾਂਦੀਆਂ। ਸਮਾਂ ਨਹੀਂ ਮਿਲ ਰਿਹਾ ਕਿਉਂਕਿ ਸਮਾਗਮ ਲਗਾਤਾਰ ਚੱਲਦੇ ਆ, ਆਪਣਾ ਇੱਕ ਨਗਮਾ ਤੇ ਰੈਡੀ ਪਿਆ, ਬਸ ਉਹਦੀ ਵੀਡੀਓ ਤਿਆਰ ਕਰਨੀ ਹੈ। ਸੋਚਿਆ ਤਾਂ ਇਹ ਆ ਕਿ ਹੋਲੇ ਮਹੱਲੇ ਤੋਂ ਪਹਿਲਾਂ ਪਹਿਲਾਂ ਰਿਲੀਜ਼ ਕਰ ਦਈਏ। ਇਹਦੀਆਂ ਲਾਈਨਾਂ ਕਮਾਲ ਦੀਆਂ ਨੇ। ਕਵੀ ਨੇ ਲਿਖਿਆ, ਪੁੱਤ ਵੀ ਸ਼ੌਕੀਨ ਉਹਦੇ ਹੋਣੇ ਲਾਜ਼ਮੀ, ਬਾਪੂ ਜੀ ਦਾ ਗੁੱਟ ਤੇ ਸਜਾਉਂਦਾ ਬਾਜ। ਕਹਿੰਦੇ ਉਹਨਾਂ ਸਮਿਆਂ ਵਿੱਚ ਮੇਰੇ ਕਲਗੀ ਧਰਜੀਆਂ ਨੇ ਜਰਮਨੀ ਦੇ ਅਲੀਵੀਆ ਸ਼ਹਿਰ ਤੋਂ, ਧਿਆਨ ਨਾਲ ਸੁਣ ਲਿਓ, ਇੰਨਾ ਸ਼ੌਂਕ ਸੀ ਕਿ ਮੇਰੇ ਬਾਪੂ ਨੇ ਉਹਨਾਂ ਸਮਿਆਂ ਵਿੱਚ ਜਰਮਨੀ ਦੇ ਅਲੀਵੀਆ ਸ਼ਹਿਰ ਤੋਂ 17,000 ਦੇ 3 ਸ਼ਸਤਰ ਮੰਗਾਏ। ਅੱਜ ਜੇ ਉਹਨਾਂ ਸਮਿਆਂ ਦੀ 17,000 ਦੀ ਗੱਲ ਕਰੀਏ ਤੇ ਕਰੋੜਾਂ ਦੀ ਕੀਮਤ ਅਸੀਂ ਕਹਿ ਸਕਦੇ ਹਾਂ। ਕਹਿੰਦੇ ਜਿਹਦੇ ਵਿੱਚ ਇੱਕ ਢਾਲ, ਇੱਕ ਕਿਰਪਾਨ ਤੇ ਇੱਕ ਨਾਗਣੀ ਸੀ। ਹੁਣ ਨਾਗਣੀ ਸਿੰਘ ਸਰਦਾਰ ਦੇ ਹੱਥ ਦੇ ਕੇ ਗੁਰਾ ਆਖਿਆ, ਹਾਥੀ ਨੂੰ ਕਿਲੇ ਤੋਂ ਦੂਰ ਕਰ ਦੇ। ਤੇ ਕਹਿੰਦੇ ਜਦੋਂ ਬਾਬਾ ਜੀਆਂ ਦੇ ਹੱਥ ਵਿੱਚ ਦਿੱਤੀ, ਆਖਿਆ ਬਚਿੱਤਰ ਸਿਆਂ ਯਾਦ ਕਰਕੇ ਹਾਥੀ ਦੇ ਮੱਥੇ ਦੇ ਵਿੱਚ ਮਾਰ ਕੇ ਤੇ ਹਾਥੀ ਨੂੰ ਕਿਲੇ ਤੋਂ ਦੂਰ ਕਰਨਾ। ਤੇ ਅੱਜ ਬਹੁਤੇ ਇਤਿਹਾਸਕਾਰ ਕਹਿਣਗੇ ਜੀ ਨਾਗਣੀ ਮੱਥੇ 'ਚ ਥੋੜੇ ਮਾਰੀ ਸੀ, ਨਾਗਣੀ ਤੇ ਅੱਖ 'ਚ ਮਾਰੀ ਸੀ। ਓਏ ਮੂਰਖੋ, ਇੱਕ ਪਾਸੇ ਤੁਸੀਂ ਕਹੀ ਜਾਂਦੇ ਜੇ ਹਾਥੀ ਮਸਤਿਆ ਹੋਇਆ ਸੀ ਜਿਹਨੂੰ ਮੱਟਾਂ ਦੇ ਮੱਟ ਸ਼ਰਾਬ ਪਿਆਈ ਗਈ, ਤੇ ਦੂਜੇ ਪਾਸੇ ਕਹੀ ਜਾਂਦੇ ਉਹ ਅੱਖ ਦੇ ਵਿੱਚ ਨਾਗਣੀ ਮਾਰੀ। ਉਹ ਹਾਥੀ ਕੋਈ ਮੋਮ ਦਾ ਬਣਾ ਕੇ ਨਹੀਂ ਸੀ ਖਿਲਾ ਰਿਹਾ ਕਿ ਬਾਬਾ ਜੀ ਗਏ ਤੇ ਹੌਲੀ ਦੇਣੇ ਨਾਗਣੀ ਮਰ ਕੇ ਆ ਗਏ। ਜੋ ਸਾਡਾ ਅਪ੍ਰਾਤਨ ਇਤਿਹਾਸ ਆ ਉਹ ਇਹ ਗਵਾਹੀ ਦਿੰਦਾ ਕਿ ਹਾਥੀ ਦੇ ਮੱਥੇ ਵਿੱਚ ਮਰ ਕੇ 7 ਤਵੀਆਂ ਨੂੰ ਚੀਰਦੀ ਨਾਗਣੀ ਅੰਦਰ ਗਈ ਸੀ। ਹੁਣ ਖਾਲਸਾ ਜੀ ਗੌਰ ਨਾਲ ਸੁਣਿਓ। ਆਂਦੇ ਮਹਾਰਾਜ ਪਾਤਸ਼ਾਹ ਤੋਂ ਆਗਿਆ ਲੈ ਕੇ ਬਾਬਾ ਜੀ ਨੇ ਆਪਣੇ ਘੋੜੇ ਨੂੰ ਸ਼ਿੰਗਾਰਿਆ ਤੇ ਸਾਜਿਆ। ਜਦੋਂ ਘੋੜਾ ਆਪਣੇ ਸਵਾਰ ਨੂੰ ਵਹਿੰਦਾ ਤੇ ਖਾਲਸਾ ਜੀ ਘੋੜੇ ਨੂੰ ਚਾਹ ਚੜ ਜਾਂਦਾ। ਬਾਬਾ ਜੀ ਨੇ ਹੁਣ ਕੀਤਾ ਸਤਿਗੁਰਾਂ ਨੂੰ ਯਾਦ, ਰੱਖਿਆ ਰਕਾਬ ਤੇ ਚਰਨ। ਆਂਦੇ ਮਾਰੀ ਪਲਾਕੀ ਹੋਏ ਘੋੜੇ ਤੇ ਸਵਾਰ, ਘੋੜੇ ਨੂੰ ਚੜਿਆ ਚਾਹ। ਬਈ ਘੋੜੇ ਨੇ ਖੁਰ ਚੱਕੇ ਜ਼ਮੀਨ ਉੱਤੇ ਰੱਖੇ, ਬਈ ਦੋ ਧਾਰੇ ਖੰਡੇ ਨੇ ਖਾਧੇ ਫਲ, ਤੇ ਕੁਛਲ ਕੇ ਆਈ ਮਿਆਨ ਚੋਂ ਬਾਹਰ, ਤੀਰਾਂ ਨੇ ਡੰਗ ਸਵਾਰੇ, ਹੱਥ ਵਿੱਚ ਫੜ ਕੇ ਨਾਗਣੀ। ਬਾਬਾ ਬਚਿੱਤਰ ਸਿੰਘ ਸਾਹਿਬ ਨੇ ਪੜਿਆ, ਦੇਸ਼ ਬਾਬਰ ਮੋਹੇ ਹੈ ਸ਼ਬ ਕਰਮਨ ਤੇ ਕਬੂ ਨਾ ਡਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿਖੋ ਆਪਣੇ ਹੀ ਮਨ ਕੋ ਇਹ ਲਾਲ ਜਹਾ ਗੁਣ ਤੋ, ਜਬ ਆਪ ਕੀ ਔਦ ਨਿਧਾਨ ਬਨੇ ਅਤ ਹੀਰਨ ਮੈਂ ਤਬ ਜੂਝ ਮਾਰੋ। ਪੜ ਕੇ ਗਗਨ ਮਾਮਾ ਬਾਜੀ ਉਪਰੇ ਨਿਸ਼ਾਨੇ ਕਹਾ, ਫੋਟ ਮਾਡੇ ਸੁਰਮਾ ਆਪ ਜੂਝਨ ਕੋ ਤੋ। ਕਹਿੰਦੇ ਤਕਿਆ ਸਾਹਮਣੇ ਵਾਰੀ ਦੀ ਫਾਂਜ ਨੂੰ ਬਾਬਾ ਜੀ ਨੇ ਯਾਦ ਕੀਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ। ਆਂਦਾ ਬਈ ਘੋੜੇ ਨੇ ਖੁਰ ਚੱਕੇ ਲਾਏ ਹਾਥੀ ਦੇ ਮੱਥੇ ਨੂੰ, ਤੇ ਬਾਬਾ ਬਚਿੱਤਰ ਸਿੰਘ ਨੇ ਬਈ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਦਾ ਛੱਡ ਕੇ ਜਕਾਰਾ, ਆ ਬਈ ਨਾਗਣੀ ਹਾਥੀ ਦੇ ਮੱਥੇ 'ਚ ਹੈ ਮਰੀ ਪਈ।
ਬਚਤ ਸਿੰਘ ਸੂਰਮਾ ਬਚਤਰ ਸਿੰਘ ਸੂਰਮਾ ਹੋਇਆ ਘੋੜੇ ਦੇ ਉੱਤੇ ਸਵਾਰ ਉਹਨੇ ਹੱਥ ਜੋੜ ਫੜ ਲਈਆ ਨਗੜੀ ਉਹ ਵੀਰ ਨਾ ਮੇਰਾ ਸਭ ਬਿਬਲ ਹੋ ਗਏ ਹੋਇਆ ਉਸ ਜੋ ਹੱਥ ਉਹ ਪੈਣਾ ਘੂੜਿਆ ਹੱਥ ਜੋੜ ਫੜ ਲਈਆ ਨਾਗੜੀ ਯਾਦ ਦਿਲ ਵਿੱਚ ਕੀਤਾ ਕਰਤਾਰ ਚਿੱਕਾ ਮਾਰਦਾ ਅੱਗੇ ਸੀ ਹੱਥੀ ਆ ਰਿਹਾ ਚਿੱਕਾ ਮਾਰਦਾ ਅੱਗੇ ਸੀ ਹੱਥੀ ਆ ਰਿਹਾ ਬਾਈ ਧਾਰੀਆਂ ਮਚਾਈ ਹਾਹਾਕਾਰ ਕਹਿੰਦੇ ਫੜਨਾ ਸਿੱਖਾਂ ਦਾ ਗੁਰੂ ਕਹਿ ਕੇ ਹਾਥੀ ਦੇ ਮੱਥੇ ਨੂੰ ਲੋਹੇ ਦੀਆਂ ਤਵੀਆਂ ਬੱਧੀਆਂ ਸੀ ਉਹਨਾਂ ਨੂੰ ਚੀਰ ਦੀ ਹਾਥੀ ਦੇ ਮੱਥੇ ਵਿੱਚ ਡਾ ਬੜੀ ਤੇ ਜਦੋਂ ਬਾਬਾ ਜੀ ਨੇ ਘੁਮਾ ਕੇ ਨਾਗਣੀ ਬਾਹਰ ਖਿੱਚੀ ਕਹਿੰਦੇ ਹਾਥੀ ਦੇ ਮੱਥੇ ਚੋਂ ਲਹੂ ਦੇ ਫੁਹਾਰੇ ਵਗੇ ਹਾਥੀ ਪਛਾਹ ਨੂੰ ਮੁੜ ਪਿਆ ਜਿਹੜੇ ਚਾਵਾਂ ਦੇ ਨਾਲ ਸਤਿਗੁਰਾਂ ਨੂੰ ਪਕੜਨ ਵਾਸਤੇ ਆਏ ਸੀ ਹਾਥੀ ਨੇ ਥੱਲੇ ਦੇ ਦੇ ਕੇ ਮਾਰੇ
ਹੁਣ ਜਿਹੜਾ ਕੇਸਰੀ ਚੰਦ ਕਹਿੰਦਾ ਸੀ ਮੈਂ ਗੋਬਿੰਦ ਸਿੰਘ ਨੂੰ ਪਾਣ ਦੇ ਬੀੜੇ ਬਾਂਗ ਚਵਾਵਾਂਗਾ, ਕਹਿੰਦੇ ਬਾਬੇ ਬਚਿੱਤਰ ਸਿੰਘ ਤੋਂ ਬਾਅਦ ਭਾਈ ਉਦੈ ਸਿੰਘ ਸਾਹਿਬ ਨੇ ਸਤਿਗੁਰਾਂ ਕੋਲੋਂ ਮੈਦਾਨੇ ਜੰਗ ਅੰਦਰ ਜਾਣ ਦੀ ਆਗਿਆ ਮੰਗੀ ਸੀ ਕਿ ਪਾਤਸ਼ਾਹ ਬਚਿੱਤਰ ਸਿੰਘ ਨੂੰ ਦਿਹਾਤੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਭੇਜਿਆ ਤੇ ਮੈਨੂੰ ਕੇਸਰੀ ਚੰਦ ਨਾਲ ਭੇਜੋ ਤੇ ਜਿਹੜੀ ਢਾਲ ਤੇ ਕਿਰਪਾਨ ਸੀ ਉਹ ਬਖਸ਼ੀ ਹੈ। ਹੁਣ ਪਾਤਸ਼ਾਹ ਜੀ ਨੇ ਭਾਈ ਉਦੈ ਸਿੰਘ ਸਾਹਿਬ ਨੂੰ ਆਂਦੇ ਮੈਦਾਨੇ ਜੰਗ ਅੰਦਰ ਆ ਕੇ ਕੇਸਰੀ ਚੰਦ ਦਾ ਸਿਰ ਧੜਦੇ ਨਾਲ ਵੱਖ ਕੀਤਾ। ਹੁਣ ਫਤਿਹ ਤੇ ਜਿੱਤ ਕਿਹਨੂੰ ਪ੍ਰਾਪਤ ਹੋਈ ਹੈ? ਖਾਲਸੇ ਨੂੰ। ਤੇ ਬਾਬਾ ਬਚਿੱਤਰ ਸਿੰਘ ਸਾਹਿਬ ਤੇ ਭਾਈ ਉਦੈ ਸਿੰਘ ਸਾਹਿਬ ਜਦੋਂ ਪਾਤਸ਼ਾਹ ਜੀਆਂ ਦੇ ਕੋਲ ਆਏ, ਮਹਾਰਾਜ ਨੇ ਦੋਨਾਂ ਨੂੰ ਘੁੱਟ ਕੇ ਛਾਤੀ ਨਾਲ ਲਾਇਆ, ਬੇਅੰਤ ਬਖਸ਼ਿਸ਼ਾਂ ਤੇ ਰਹਿਮਤਾਂ ਝੋਲੀ ਵਿੱਚ ਪਾ ਕੇ ਨਵਾਦੀਆਂ। ਯਾਦ ਰੱਖਿਓ, ਮੇਰਾ ਸਤਿਗੁਰੂ ਜਿੱਡਾ ਵੱਡਾ ਯੋਧਾ, ਖਾਲਸਾ ਜੀ ਓਡਾ ਵੱਡਾ ਪਰਪਕਾਰੀ ਵੀ। ਅੱਜ ਸਾਨੂੰ ਕਿਤੇ ਲੱਗਦਾ ਕਿ ਇਕੱਲੀ ਸ਼ਕਤੀ ਦੇ ਨਾਲ ਗੱਲ ਬਣਦੀ ਹੈ, ਨਹੀਂ, ਪਹਿਲਾਂ ਚੌਂਕੜੇ ਲਾਉਣੇ ਪੈਂਦੇ, ਪਹਿਲਾਂ ਭਗਤੀ ਕਰਨੀ ਪੈਂਦੀ, ਕਿਉਂਕਿ ਭਗਤੀ ਵਿੱਚੋਂ ਸ਼ਕਤੀ ਪੈਦਾ ਹੁੰਦੀ ਹੈ। ਸੂਰਬੀਰ ਉਹ ਬਣ ਸਕਦਾ ਜਿਹਦੇ ਕੋਲ ਭਗਤੀ ਹੈ, ਸ਼ਹੀਦੀ ਵੀ ਉਹ ਪ੍ਰਾਪਤ ਕਰ ਸਕਦਾ ਜਿਹਦੇ ਕੋਲ ਭਗਤੀ ਆ। ਸਮਾਂ ਬੜਾ ਭਿਆਨਕ ਚੱਲ ਰਿਹਾ ਸੀ, ਚੰਗੀ ਤਰ੍ਹਾਂ ਜਾਣਦੇ ਹਾਂ। ਅੱਜ ਵੀ ਅਸੀਂ ਵੇਖਦੇ ਹਾਂ ਕਿ ਚਲੋ ਸਤਿਗੁਰਾਂ ਨੇ ਜੇ ਤੋਂ ਸੇਵਾ ਲੈਣੀ ਹੈ ਉਹ ਮਹਾਰਾਜ ਆਪਣੇ ਆਪ ਪ੍ਰਗਟ ਕਰ ਦਿੰਦਾ, ਚਾਹੇ ਪਹਿਲਾਂ ਕੋਈ ਸਿਰ ਤੋਂ ਮੋਨਾ ਹੋਵੇ ਜਾਂ ਪਹਿਲਾਂ ਤੋਂ ਹੀ ਗੁਰੂ ਵਾਲਾ ਹੋਵੇ। ਉਹ ਤੇ ਜਿਹਨੂੰ ਮਹਾਰਾਜ ਨੇ ਵਡਿਆਈ ਦੇਣੀ ਉਹਨੂੰ ਦੇਣੀ ਆ। ਵੀਰ ਅੰਮ੍ਰਿਤਪਾਲ ਸਿੰਘ ਨੇ ਜਦੋਂ ਅੰਮ੍ਰਿਤ ਸੰਚਾਰ ਦੀ ਮੁਹਿੰਮ ਸ਼ੁਰੂ ਕੀਤੀ, ਸਾਡੇ ਲੋਕਾਂ ਨੇ ਲੱਤਾਂ ਖਿੱਚਣ ਵਾਲੀ ਕੋਈ ਵੀ ਗੱਲ ਨਾ ਪਹਿਲਾਂ ਛੱਡੀ ਤੇ ਨਾ ਹੁਣ ਛੱਡਣੀ, ਇਹ ਸੱਚ ਆ। ਕਿਉਂਕਿ ਜੇ ਖਾਲਸਾ ਜੀ ਕੱਚ ਬਹੁਤ ਤੁਰਿਆ ਫਿਰਦਾ ਤੇ ਹੀਰਿਆਂ ਦੀ ਵੀ ਕੋਈ ਘਾਟ ਨਹੀਂ। ਅਸੀਂ ਇੱਕੋ ਗੱਲ ਕਹੀ ਜਾਵਾਂਗੇ, ਇੱਕੋ ਹੀ ਢੰਡੋਰਾ ਪਿੱਟਾਂਗੇ, RSS ਦਾ ਬੰਦਾ ਇਹ, ਏਜੰਸੀਆਂ ਦਾ ਬੰਦਾ। ਜੇ ਏਜੰਸੀਆਂ ਦਾ ਬੰਦਾ ਹੋ ਕੇ ਤੁਹਾਨੂੰ ਅੰਮ੍ਰਿਤ ਸੰਚਾਰ ਕਰ ਰਿਹਾ, ਤੁਹਾਡੇ ਲੋਕਾਂ ਨੂੰ, ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰ ਰਿਹਾ, ਤੇ ਫਿਰ ਏਜੰਸੀਆਂ ਦਾ ਬੰਦਾ ਸਾਡੇ ਲਈ ਠੀਕ ਬਣ ਕੇ ਆ ਗਿਆ? ਗਲਤ ਕੀ ਕਰ ਰਿਹਾ? ਜਵਾਬ ਦਿਓ ਖਾਲਸਾ ਜੀ। ਹੁਣ ਅਸੀਂ ਵਹਿੰਦੇ ਹਾਂ, ਇਨਸਾਫ ਲਈ ਗਏ ਹਾਂ। ਆਹ ਕਿੰਨਾ ਤੁਸੀਂ ਵੇਖੋ, ਜਿਹੜੇ ਮਰਜ਼ੀ ਰੋਡ ਤੇ ਚਲੇ ਜਾਓ, ਇੱਧਰੋਂ ਭਾਵੇਂ ਬਿਆਸ ਵੱਲ ਚਲੇ ਜਾਓ, ਅੱਜ ਬੜੇ ਔਖੇ ਆਏ ਹਾਂ। ਇੱਕ ਤੇ 13 ਘੰਟਿਆਂ ਦਾ ਸਫ਼ਰ ਪਹਿਲਾਂ ਸਾਨੂੰ ਯੂਪੀ ਤੋਂ ਆਉਣ ਲਈ ਲੱਗਿਆ, ਫਿਰ ਅੱਗੋਂ ਜਿਹੜੇ 9:30 ਦੇ ਤੁਰੇ ਸੀ ਘਰ ਤੋਂ, ਅਸੀਂ 2:45 ਤੁਹਾਡੇ ਨਗਰ ਪਹੁੰਚੇ ਹਾਂ। ਛਾਉਣੀ ਬਣਾਈ ਪਈ ਆ ਪੁਲਿਸ ਨੇ, ਰੋਡ ਬਲੌਕ ਕੀਤੇ ਪਏ ਆ ਕਿ ਕੋਈ ਵੀ ਉੱਥੇ ਪਹੁੰਚ ਨਾ ਸਕੇ। ਅੱਜ ਨਾਲੇ ਜਿਹੜਾ ਘਰਾਓ ਕੀਤਾ, ਭਲਾ ਦੱਸੋ ਅਸੀਂ ਉੱਥੇ ਕੀ ਕਰਨਾ ਸੀ? ਸ਼ਾਂਤਮਈ ਢੰਗ ਨਾਲ ਇਕੱਠੇ ਹੀ ਹੋਣਾ ਸੀ ਨਾ। ਤੇ ਮੈਂ ਬੇਨਤੀ ਕਰਾਂ ਭਾਈ, ਇਹ ਕੁਝ ਨਹੀਂ, ਜੇ ਪ੍ਰਾਪਤ ਹੋਣਾ ਸ਼ੁਰੂ ਤੋਂ ਹੀ, ਸਿੱਖ ਕੌਮ ਜਦੋਂ ਤੋਂ ਉਤਪੰਨ ਹੋਈ ਆ, ਇਹਨੂੰ ਢਾਹ ਲਾਉਣ ਵਾਸਤੇ ਹਕੂਮਤਾਂ ਬਹੁਤ ਚਾਲਾਂ ਚੱਲਦੀਆਂ, ਪਰ ਲੋੜ ਇੱਥੇ ਇਹ ਆ ਕਿ ਭਾਈ ਸਮਝਦਾਰੀ ਵਰਤ ਕੇ ਧੜੇ ਬੰਦੀਆਂ ਜਿਹੜੀਆਂ ਛੱਡ ਦਿਓ, ਪਾਰਟੀ ਬਾਜ਼ੀਆਂ ਨੂੰ ਛੱਡ ਦਿਓ, ਅਕਲ ਨੂੰ ਹੱਥ ਮਾਰ ਕੇ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੇ ਹੋਣਾ ਸਿੱਖ ਲਓ, ਕਿਉਂਕਿ ਏਕਤਾ ਵਿੱਚ ਬਰਕਤ ਆ। ਹੁਣ ਜੇ ਕੌਮੀ ਇਨਸਾਫ ਮੋਰਚਾ ਲੱਗਿਆ, ਉੱਥੇ ਵੀ ਅਸੀਂ ਧੜੇ ਬੰਦੀਆਂ ਬਣਾ ਲਈਆਂ, ਅਸੀਂ ਘਰਾਂ ਵਿੱਚ ਬੈਠੇ ਹਾਂ, ਪਰ ਬੇਨਤੀ ਆ ਖਾਲਸਾ ਜੀ, ਤਕੜੇ ਹੋਵੋ, ਗੁਰੂ ਵਾਲੇ ਬਣੋ, ਤੇ ਸਮਾਂ ਜਿਹੜਾ ਦਿੱਤਾ ਸੀ ਉਹ ਸਮਾਪਤ ਹੋ ਚੁੱਕਿਆ। ਬਾਬਾ ਜੀਆਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਸਾਡੇ ਸਤਿਕਾਰਯੋਗ ਬਜ਼ੁਰਗ। ਮੈਨੂੰ ਬੜੀ ਖੁਸ਼ੀ ਹੋਈ
ਜਦੋਂ ਬਜ਼ੁਰਗਾਂ ਨੇ ਦੱਸਿਆ ਕਿ ਮੇਰੇ ਮਨ ਦੀ ਰੀਝ ਸੀ, ਮੇਰੇ ਮਨ ਦਾ ਚਾਅ ਸੀ ਕਿ ਮੈਂ ਜਥੇ ਨੂੰ ਜ਼ਰੂਰ ਸੁਣਨਾ। ਸਾਡੇ ਚੰਗੇ ਭਾਗ ਬਜ਼ੁਰਗਾਂ ਕੋਲੋਂ ਸੰਗਤਾਂ ਦੇ ਕੋਲੋਂ ਇੰਨੀਆਂ ਅਸੀਸਾਂ ਮਿਲਦੀਆਂ। ਅਰਦਾਸ ਕਰਿਓ ਮਹਾਰਾਜ ਆਖਰੀ ਸਵਾਸਾਂ ਤੱਕ ਇਹ ਜਿਹੜੀ ਸੇਵਾ ਹੈ ਇਹ ਤੋੜ ਨਿਭਾ ਲੈਣ। ਬਹੁਤ ਬਹੁਤ ਧੰਨਵਾਦ ਸੰਗਤ ਦਾ, ਸਾਉਂਡ ਵਾਲੇ ਵੀਰ ਦਾ, ਸਤਿਗੁਰਾਂ ਦਾ ਸ਼ੁਕਰ। ਆਓ ਜੀ ਸਰਬੱਤ ਦਾ ਭਲਾ ਮੰਗ ਕੇ ਫਤਿਹ ਗਡਾਈਏ। ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।